ਤੁਸੀਂ ਸਾਡੇ YouTube ਚੈਨਲ MH1 ਹੈਪੀ ਸ਼ੇਰ ਨੂੰ ਸਬਸਕ੍ਰਾਈਬ ਕਰਤਾ ਕੰਟੀ ਕੰਟੀ ਵਜਾਤੀ ਨੋਟੀਫਿਕੇਸ਼ਨ ਦਾ ਭੇਜੋ ਹਲੋ ਆ ਜਿਹੜੇ ਦਰਵਾਜ਼ੇ ਉੱਤੇ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸ ਤੋਂ ਆ ਦੇਖ ਲੋ ਭਾਜੀ ਬੱਚੇ ਤੇ ਜਵਾਨਾਂ ਨੇ ਤਾਂ ਪਸੰਦ ਕਰਨਾ ਹੀ ਸੀ ਬਜ਼ੁਰਗ ਵੀ ਸਿੱਧੂ ਮੂਸੇ ਵਾਲੇ ਦੇ ਗਾਣੇ ਗਾਉਂਦੇ ਫਿਰਦੇ ਆ ਹੈ ਨਾ ਜੀ ਤੁਹਾਨੂੰ ਕੀ ਵਧੀਆ ਲੱਗਦਾ ਸੀ ਸਿੱਧੂ ਮੂਸੇ ਵਾਲੇ 'ਚ ਉਹਦਾ ਗਾਉਣ ਦਾ ਸਟਾਈਲ ਰੇਂਜ ਐਟੀਟਿਊਡ ਸਭ ਦੇ ਫੱਟੇ ਚੱਕ ਦਿੰਦਾ ਸੀ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਦਾਦਾ ਜੀ ਤੁਹਾਡਾ ਫੇਵਰਟ ਗਾਣਾ ਕਿਹੜਾ ਸੀ ਸਿੱਧੂ ਮੂਸੇ ਵਾਲੇ ਦਾ ਹੈ 295 ਆ ਜਿਹੜੇ ਦਰਵਾਜ਼ੇ ਉੱਤੇ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸ ਤੋਂ ਦਾਦਾ ਜੀ ਤੁਸੀਂ ਜਾਣਦੇ ਹੋ ਸਿੱਧੂ ਮੂਸੇ ਵਾਲੇ ਦਰਵਾਜ਼ੇ ਦੇ ਬੋਰਡ ਕੌਣ ਚੱਕੀ ਖੜਾ ਸੀ ਸਿੱਧੂ ਮੂਸੇ ਵਾਲੇ ਦੇ ਦਰਵਾਜ਼ੇ ਤੇ ਤਾਂ ਪਤਾ ਨਹੀਂ ਪਰ ਜਿਹੜੇ ਆਪਣੇ ਦਰਵਾਜ਼ੇ ਤੇ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਕਾਸ ਤੋਂ ਆਪਣੇ ਦਰਵਾਜ਼ੇ ਤੇ ਕੌਣ ਖੜਾ ਦਾਦਾ ਜੀ ਆ ਬੈਂਕ ਵਾਲੇ ਖੜੇ ਆ ਉਹ ਲਾਲਾ ਹੱਟੀ ਵਾਲਾ ਖੜਾ 5-7 ਬੰਦੇ ਵੀ ਸੀ ਕੋਈ ਕਹਿੰਦਾ ਮੈਂ ਹੈਪੀ ਤੋਂ 10,000 ਲੈਣਾ ਕੋਈ ਕਹਿੰਦਾ ਮੈਂ 20 ਲੈਣਾ ਕੋਈ ਕਹਿੰਦਾ 50 ਲੈਣਾ ਕੰਜਰਾ ਕਮਾਈ ਤੇਰੀ ਕੋਈ ਹੈ ਨੀ ਫਿਰ 2,00,000 ਦਾ ਚੱਕਿਆ ਤੂੰ ਲੋਨ ਕਾਸ ਤੋਂ ਕਹਿੰਦੇ ਜਦੋਂ ਪਲਾਨ ਏ ਫੇਲ ਹੁੰਦਾ ਨਜ਼ਰ ਆਵੇ ਤਾਂ ਪਲਾਨ ਬੀ ਤੁਹਾਡਾ ਤਿਆਰ ਹੋਣਾ ਚਾਹੀਦਾ ਪਲਾਨ ਏ ਮਤਲਬ ਪਲਾਨ ਏ ਮਤਲਬ ਆਰਟਿਸਟ ਵਾਲਾ ਪਲਾਨ ਜੇ ਆਪਣਾ ਫੇਲ ਹੋ ਗਿਆ ਤਾਂ ਪਲਾਨ ਬੀ ਮਤਲਬ ਬਾਬਰਚੀ ਵਾਲਾ ਪਲਾਨ ਆਪਣਾ ਤਿਆਰ ਹੈ ਸ਼ੁਰੂ ਕਹਿਣ ਦਾ ਮਤਲਬ MH1 ਤੇ ਜੇ ਆਪਣਾ ਆਰਟਿਸਟ ਵਾਲਾ ਕੰਮ ਠੰਡੇ ਬਸਤੇ 'ਚ ਪੈ ਗਿਆ ਤਾਂ MH1 ਦੀ ਨਵੀਂ ਬਣ ਰਹੀ ਬਿਲਡਿੰਗ 'ਚ ਆਪਾਂ ਕੰਟੀਨ ਦਾ ਠੇਕਾ ਲੈ ਲੈਣਾ ਬਿਲਕੁਲ ਯਾਰ ਚਾਹ ਤੁਹਾਨੂੰ ਬਣਾਉਣੀ ਨਹੀਂ ਆਉਂਦੀ ਠੇਕੇ ਤੁਸੀਂ ਕੰਟੀਨ ਦੇ ਲਈ ਜਾਂਦੇ ਹੋ ਹੈ ਮੈਂ ਚਾਹ ਬਣਾ ਕੇ ਕੇਤਲੀ 'ਚ ਪਾ ਕੇ ਰੱਖੀ ਹੋਈ ਹੈ ਟੇਸਟ ਕਰਕੇ ਦੇਖ ਕਰਾਓ ਟੇਸਟ ਆ ਲੈ ਯਾਰ ਆ ਚਾਹ ਹੈ ਕਿ ਸਵਾਹ ਹੈ ਹੈ ਯਾਰ ਕੀ ਹੋ ਗਿਆ ਦੁੱਧ ਪੱਤੀ ਮਿੱਠਾ ਉਬਾਲ ਕੇ ਫੜਾਤਾ ਯਾਰ ਹੋਰ ਚਾਹ ਕਿਵੇਂ ਬਣਦੀ ਆ ਚਾਹ ਵਿੱਚ ਅਦਰਕ ਪਾਓ ਲੌਂਗ ਪਾਓ ਇਲਾਇਚੀ ਪਾਓ ਯਾਰ ਆ ਚੱਕ ਅਦਰਕ ਆ ਚੱਕ ਲੌਂਗ ਆ ਚੱਕ ਇਲਾਇਚੀ ਉਦਾਂ ਹੀ ਕੱਪ 'ਚ ਸਿੱਟਦਾ ਸਭ ਕੁਛ ਕੁੱਟ ਕੇ ਪਾਉਣੀ ਆ ਭਾਜੀ ਕੁੱਟ ਕੇ ਹੈ ਕੁੱਟ ਕੇ ਪਾਵਾਂਗੇ ਵੀ ਕੁੱਟ ਕੇ ਪਿਲਾਵਾਂਗੇ ਵੀ ਖਾਤਰਦਾਰੀ 'ਚ ਕੋਈ ਕਸਰ ਨਹੀਂ ਛੱਡਣੀ ਯਾਰ ਸ਼ੇਰੂ ਤੂੰ ਆਪ ਤਾਂ ਕੀ ਰੁਕਣਾ ਸੀ ਚਾਰ ਬੰਦੇ ਹੋਰ ਪਟਲੇ ਅਮਰੀਕਾ ਵਾਸਤੇ ਹਾਂ ਤੇ ਜਿਹਦੇ 35-40 lakh ਦੀ ਖੁਰਕ ਹੁੰਦੀ ਆ ਭਾਜੀ ਉਹ ਖੁਰਕ ਮਟਾਣੀ ਜ਼ਰੂਰੀ ਹੁੰਦੀ ਆ ਹੈਂ ਯਾਰ ਪਨਾਮਾ ਦੇ ਜੰਗਲਾਂ ਵਿੱਚ ਦੀ ਜਾਣਾ ਪੈਣਾ ਹਾਂ ਤੇ ਚੱਲ ਜਾਾਂਗੇ ਅਮਰੀਕਾ ਤਾਂ ਪਹੁੰਚ ਜਾਾਂਗੇ ਆਪ ਕਮਰੇ 'ਚੋਂ ਬਾਹਰ ਨਹੀਂ ਨਿਕਲਣਾ ਜਿਹੜੇ ਨਿਕਲਦੇ ਆ ਉਹਨਾਂ ਨੂੰ ਰੋਕੀ ਜਾਂਦੇ ਆ ਚਲੋ ਚਲੋ ਵੀ ਐਵੇਂ ਨਾ ਸੁਣੋ ਉਹਦੀਆਂ ਗੱਲਾਂ ਚਲੋ ਚੱਲੀਏ ਅਮਰੀਕਾ ਨੂੰ ਹੈਂ ਜੰਗਲਾਂ ਦੇ ਵੱਲ ਜਾਂਦੇ ਰਾਈਓ ਰੁਕ ਜਾਓਏ ਕੋਈ ਨਹੀਂ ਰੁਕਦਾ ਮੈਕਸੀਕੋ ਨਾ ਜਾਇਓ ਤੁਸੀਂ ਰੁਕ ਜਾਓਏ ਹੋਰ 2 number ਅਮਰੀਕਾ ਕਿਹੜੇ ਰਸਤੇ ਜਾਵਾਂਗੇ ਨਾਲੇ ਵਿੱਚ ਅਮਰੀਕਾ ਜਾ ਕੇ ਜਿਹੜੇ ਰੰਗ ਲਾਉਣੇ ਡਾਲਰ ਹੀ ਡਾਲਰ ਡਿੱਗਣੇ ਆ ਹੈਂ ਇੱਥੇ ਰਹਿ ਕੇ ਆਪਣੇ ਘਰਾਂ ਨੂੰ ਲਿਪ ਲੋਏ ਇੱਥੇ ਰਹਿ ਕੇ ਆਪਣੇ ਘਰਾਂ ਨੂੰ ਲਿਪ ਲੋਏ ਤੁਹਾਡੀ ਲਾਸਟ ਲਾਈਨ ਨੇ ਇਮੋਸ਼ਨਲ ਕਰਤਾ ਭਾਜੀ ਵਧੀਆ ਯਾਦ ਕਰਾਤਾ ਨਹੀਂ ਉੱਥੇ ਜਾ ਕੇ ਔਖੇ ਹੋਣਾ ਸੀ ਕੁੱਕੜ ਆ ਫੜ 1,000 rupees ਕੂਲ ਲਿਪ ਦੇ ਦੇ ਹੈ ਕੰਜਰਾ ਜਿੱਥੇ ਜਾਣਾ ਜਾ ਧੱਕੇ ਖਾ ਆ ਮਾੜੀਆਂ ਆਦਤਾਂ ਤਾਂ ਇੱਥੇ ਛੱਡ ਜਾ ਯਾਰ ਕਿੱਥੋਂ ਆ ਰਹੇ ਸ਼ੇਰੂ ਕਿਸ ਡੇ ਸੈਲੀਬ੍ਰੇਟ ਕਰਕੇ ਆ ਰਹੇ ਹਾਂ ਭਾਜੀ ਯਾਰ ਤੁਸੀਂ ਕੁੱਤੇ ਵੀ ਸੈਲੀਬ੍ਰੇਟ ਕਰਦੇ ਹੋ
ਤੋਂ ਸਾਨੂੰ ਕਿਹੜਾ ਫੰਗਸ ਹੋਈ ਹੋਈ ਆ। ਜਿਵੇਂ ਜਿਵੇਂ ਬਿੱਲੋ ਕਹੀ ਜਾਂਦੀ ਸੀ ਆਪਾਂ ਕਰੀ ਜਾਂਦੇ ਸੀ। 7 ਤਰੀਕ ਨੂੰ ਕਹਿੰਦੀ ਅੱਜ ਰੋਜ਼ ਡੇ, ਆਪਾਂ ਰੋਜ਼ ਦੇਤਾ। 8 ਨੂੰ ਕਹਿੰਦੀ ਪ੍ਰਪੋਜ਼ ਡੇ, ਆਪਾਂ ਪ੍ਰਪੋਜ਼ ਦੇਤਾ। 9 ਨੂੰ ਕਹਿੰਦੀ ਅੱਜ ਚੋਕਲੇਟ ਡੇ, ਆਪਾਂ ਚੋਕਲੇਟ ਦੇਤਾ। 10 ਨੂੰ ਕਹਿੰਦੀ ਅੱਜ ਟੈਡੀ ਡੇ ਆ। ਮੈਂ ਕਿਹਾ ਉਹ ਕੀ ਹੁੰਦਾ? ਕਹਿੰਦੀ ਟੈਡੀ ਬੀਅਰ। ਫਿਰ ਟੈਡੀ ਦੀ ਬੀਅਰ ਤਾਂ ਕੋਈ ਹੁੰਦੀ ਨਹੀਂ ਸੀ ਭਾਜੀ, ਫਿਰ ਜਿਹੜੀ ਮਿਲੀ ਮੈਂ ਲੈ ਗਿਆ। ਫਿਰ ਇਕੱਠਿਆਂ ਨੇ ਪੀਤੀ। ਉਸ ਤੋਂ ਬਾਅਦ ਪ੍ਰੋਮਿਸ ਡੇ, ਹੱਗ ਸ਼ੱਗ ਡੇ, ਕਿਸ ਕੁਸ ਡੇ, ਸਭ ਧੂਮ ਧਾਮ ਨਾਲ ਉੱਥੇ ਨਿਬੇੜਤੇ। ਯਾਰ ਕਿਸ ਨੇ ਤਾਂ ਤੂੰ ਕਹਿਣਾ ਹੁਣ ਸੈਲੀਬ੍ਰੇਟ ਕਰਕੇ ਆਇਆ। ਹੁਣ ਤਾਂ ਬਸ ਸ਼ਗਨ ਜਿਹਾ ਹੀ ਕੀਤਾ ਸੀ ਭਾਜੀ। ਹੈਂ? ਮੈਂ ਵੀ ਬਸ ਸ਼ਗਨ ਜਿਹਾ ਹੀ ਕੀਤਾ। ਕੁੱਟ ਤੇਰੇ ਕੱਲ ਨੂੰ ਵੈਲੈਂਟਾਈਨ ਡੇ ਵਾਲਾ ਦਿਨ ਪੈਣੀ ਆ। ਹੈਂ? ਪਿਆਰ ਹੀ ਸਮਝਦੇ ਆ ਭਾਜੀ। ਹਾਂਜੀ, ਲਗਾਤਾਰ ਚਪੇੜਾਂ ਦੀ ਬਰਸਾਤ ਹੋ ਜੇ, ਫੇਰ ਕਹਿਣਗੇ ਆ ਐਕਸ਼ਨ ਸੀ। ਹੈਂ? ਯਾਰ ਹੁਣ ਵੀਡੀਓ ਵਾਇਰਲ ਹੋ ਜੂ। ਭਾਜੀ ਇਕੱਲਾ ਐਕਸ਼ਨ ਵੀ ਕੀ ਕਰੂ ਜੇ ਵਿੱਚ ਸਟੋਰੀ ਨਹੀਂ ਹੋਊਗੀ? ਸਟੋਰੀ ਪਾ ਵਿੱਚ। ਸਟੋਰੀ ਮੈਂ ਪਾਉਣੀ ਆ ਭਾਜੀ, ਸਟੋਰੀ ਰਾਈਟਰ ਨੇ ਪਾਉਣੀ ਆ। ਰਾਈਟਰ ਦੇ ਆਪਣੇ ਮਸਲੇ ਆ। ਕਹਿੰਦਾ ਸੁਸਾਇਟੀ ਵਾਲਿਆਂ ਨੇ ਮੇਰਾ ਪਾਣੀ ਬੰਦ ਕਰਤਾ, ਤੁਹਾਨੂੰ ਸਟੋਰੀਆਂ ਦੀ ਪਈ ਆ। ਪੁੱਛ ਲੈਂਦਾ ਫੋਨ ਕਰਕੇ, ਸ਼ਾਇਦ ਸਟੋਰੀ ਤਿਆਰ ਹੋ ਗਈ ਹੋਵੇ। ਹੈਲੋ, ਹਾਂਜੀ ਸਟੋਰੀ ਹੋ ਗਈ ਤਿਆਰ, ਐਕਸ਼ਨ ਹੋਰ ਵਧਾਵਾਂ? ਨਾ ਨਾ ਨਾ, ਐਕਸ਼ਨ ਨਹੀਂ ਬਣਾਉਣਾ, ਉਹਨੂੰ ਕਹਿ ਸਟੋਰੀ ਭੇਜ। ਸਟੋਰੀ ਕਿੱਥੋਂ ਭੇਜਦੇ ਵਿਚਾਰਾ? ਉਹ ਤਾਂ ਆਪ ਸੁਸਾਇਟੀ ਵਾਲੇ ਨੇ ਲੰਮਾ ਪਾਇਆ ਹੋਇਆ, ਪੂਰਾ ਐਕਸ਼ਨ ਹੋ ਰਿਹਾ ਉੱਥੇ। ਹੈਂ? ਰਾਈਟਰ ਬਦਲ, ਉੱਥੇ ਆਪ ਕੁੱਟ ਖਾਈ ਜਾਂਦਾ, ਇੱਥੇ ਮੇਰੇ ਪਵਾਈ ਜਾਂਦਾ। ਹੌਲੀ ਹੌਲੀ ਕਦੇ ਕਦਾਈ, ਵਾਹ ਜੀ ਵਾਹ। ਹੌਲੀ ਹੌਲੀ ਕਦੇ ਕਦਾਈ, ਮੈਂ ਤੁਹਾਡੇ ਘਰ ਆਵਾਂ, ਤੂੰ ਸਾਡੇ ਘਰ ਆਈ। ਯਾਰ ਤੁਹਾਡੇ ਘਰੇ ਕੀ ਆ? ਸਾਡੇ ਘਰ ਸੀਗੇ 8 ਕਤੂਰੇ, 4 ਰਹਿ ਗਏ, 4 ਹੋ ਗਏ ਪੂਰੇ। ਓ ਮਾਈ ਡੌਗ, ਵਾਟ ਹੈਪਨਡ? ਚੋਰੀ ਹੋ ਗਏ ਭਾਜੀ। ਸਾਨੂੰ ਇਹ ਸੀ ਵੀ ਚਲੋ 4 ਜਵਾਕਾਂ ਦੀ ਕੈਨੇਡਾ ਲੱਗ ਗਈ, 10 ਕੁ ਦਿਨ ਬਾਅਦ ਫਿਰ ਸਾਡੇ ਕੋਲ ਵਾਪਸ ਆ ਗਏ, 8 ਫਿਰ ਪੂਰੇ ਹੋ ਗਏ ਭਾਜੀ। ਯਾਰ ਹੁਣ ਫਿਰ ਤੁਹਾਡੀ ਮਦਦ ਚਾਹੀਦੀ ਆ ਭਾਜੀ। ਹਾਂ ਦੱਸ ਯਾਰ। ਮੇਰੇ 8 ਦੇ 8 ਪੱਪੀ ਜੇ ਕੋਈ ਅਡਾਪਟ ਕਰ ਲੇ, ਮੇਰੀ ਜ਼ਿੰਦਗੀ ਸੌਖੀ ਹੋ ਜੂ ਪੱਕੀ। ਟੈਨਸ਼ਨ ਨਾ ਲੈ ਯਾਰ, ਮੈਂ ਕੋਈ ਕਰਦਾ ਹਿੱਲਾ, ਤੇਰੇ 8 ਦੇ 8 ਪੱਪੀ ਕਿਸੇ ਨੂੰ ਅਡਾਪਟ ਕਰਾ ਦੇਣਾ। ਥੈਂਕ ਯੂ ਭਾਜੀ। ਪਰ ਯਾਰ ਜੇ ਤੇਰੇ 8 ਪੱਪੀ ਅਡਾਪਟ ਹੋ ਗਏ, ਤੁਸੀਂ ਤਾਂ ਜਮਾ ਵਿਹਲੇ ਹੋ ਜਾਓਗੇ ਸ਼ੇਰੂ। ਵਿਹਲੇ ਕਿਉਂ ਹੋ ਜਾਾਂਗੇ ਭਾਜੀ, ਅਸੀਂ 8 ਹੋਰ ਪਲਾਨ ਕਰ ਲਾਂਗੇ। ਹੈਂ? ਕੰਜਰੋ, ਤੁਹਾਡੇ ਕੁੱਤੇ ਕੰਮਾਂ ਕਰਕੇ ਤੁਹਾਡੀ ਆਹ ਹਾਲਤ ਆ, ਨਹੀਂ ਤਰੱਕੀ ਤੁਸੀਂ ਵੀ ਬਹੁਤ ਕਰਨੀ ਸੀ। ਹੈਲੋ 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 ਹੈਲੋ, ਰੁਕੋ ਰੁਕੋ, ਤੁਸੀਂ ਸ਼ੇਰੂ ਜੀ ਹੋ ਜਿਹੜੇ MH1 ਤੇ ਕੰਮ ਕਰਦੇ ਹੋ? ਬਿਲਕੁਲ ਉਹੀ ਆ, ਸੁਪਰ ਸਟਾਰ ਸ਼ੇਰੂ। ਮੈਂ ਸਾਈਕੈਟ੍ਰਿਕ ਹੈਪੀ ਸਿੰਘ। ਤੁਸੀਂ 3 ਮਹੀਨੇ ਪਹਿਲਾਂ ਮੇਰੇ ਕੋਲ ਆਏ ਸੀ, ਤੁਹਾਨੂੰ ਡਰ ਲੱਗਦਾ ਸੀ ਵੀ ਤੁਸੀਂ ਕੁੱਤੇ ਸੁੱਤੇ ਸੁੱਤੇ ਪਏ ਪਏ ਬੈੱਡ ਤੋਂ ਹੇਠਾਂ ਗਿਰ ਜਾਂਦੇ ਹੋ। ਹਾਂ, ਮੈਨੂੰ ਡਰ ਲੱਗਣ ਲੱਗ ਪਿਆ ਸੀ ਡਾਕਟਰ ਸਾਹਿਬ, ਕਿਹਾ ਜੇ ਤਾਂ ਅਡਵਾਈਸ ਲੈ ਕੇ ਚੱਲ ਗਏ, ਇਲਾਜ ਤਾਂ ਸ਼ੁਰੂ ਕਰਵਾਇਆ ਨਹੀਂ ਤੁਸੀਂ। ਤੁਹਾਡੀ ਤਾਂ ਫੀਸ ਹੀ ਬਹੁਤ ਜ਼ਿਆਦਾ ਸੀ, ਹਫ਼ਤੇ 'ਚ ਤੁਹਾਡੇ ਕੋਲ 3 ਵਿਜ਼ਿਟ ਕਰਨਾ ਸੀ, ਹਰੇਕ ਵਿਜ਼ਿਟ ਦੇ 500-500 ਰੁਪਏ, 6,000 ਮਹੀਨੇ ਦਿੱਤਾ, ਤੁਹਾਡੀ ਫੀਸ ਹੀ ਹੋ ਗਈ ਸੀ, ਉਸ ਤੋਂ ਬਾਅਦ ਦਵਾਈਆਂ ਅੱਡ। ਹੁਣ ਤਾਂ ਫਿਰ ਤੁਹਾਡੀ ਬਿਮਾਰੀ ਬਹੁਤ ਵੱਧ ਗਈ ਹੋਣੀ ਆ। ਉਹ ਤਾਂ ਉਸੇ ਦਿਨ ਚੱਕੀ ਗਈ ਸੀ ਡਾਕਟਰ ਸਾਹਿਬ। ਉਸੇ ਦਿਨ? ਉਹ ਕਿਵੇਂ? ਤੁਹਾਡੇ ਕਲੀਨਿਕ 'ਚੋਂ ਬਾਹਰ ਨਿਕਲਿਆ, ਮੈਂ ਬੜਾ ਟੈਨਸ਼ਨ 'ਚ ਵੀ ਜੇ ਡਾਕਟਰ ਨੇ ਬੈੱਡ ਤੋਂ ਹੇਠਾਂ ਗਿਰਨ ਤੋਂ ਬਚਾ ਲਿਆ, 1-2 ਲੱਖ ਦਾ ਖਰਚਾ ਆ ਜਾਣਾ, ਮੈਂ ਤਾਂ ਫਿਰ ਹੇਠਾਂ ਡਿੱਗ ਜਾਣਾ। ਫਿਰ ਮੇਰੇ ਕੁੱਤੇ ਸ਼ਰਾਬੀ ਦੋਸਤ ਨੇ ਸਲਾਹ ਦਿੱਤੀ, ਕਹਿੰਦਾ ਬੋਤਲ ਲਿਆ, ਇਲਾਜ ਮੁਫ਼ਤ ਕਰਾ। ਫਿਰ ਕੀ ਇਲਾਜ ਕੀਤਾ ਤੁਹਾਡੇ ਕੁੱਤੇ ਦੋਸਤ ਨੇ? ਮੈਨੂੰ ਕਹਿੰਦਾ ਬੈੱਡ ਦੀਆਂ ਲੱਤਾਂ ਹੀ ਵੱਢ ਦੇ, ਸਿਆਪਾ ਹੀ ਮੁਕਾ, ਨਾ ਰਹੂ ਬਾਂਸ ਨਾ ਬੱਜੂ ਬੰਸਰੀ, ਉਸ ਤੋਂ ਬਾਅਦ ਤਾਂ ਮੈਂ ਡਿੱਗਿਆ ਹੀ ਨਹੀਂ ਬੈੱਡ ਤੋਂ। ਹੈਂ? ਸ਼ਰਾਬ ਸਿਹਤ ਲਈ ਹਾਨੀਕਾਰਕ ਹੈ,
ਤੁਹਾਡੇ ਲਈ ਵੀ ਤੁਹਾਡੇ ਦੋਸਤ ਲਈ ਵੀ ਤੇ ਸਾਡੇ ਲਈ ਵੀ। ਦਾਦਾ ਜੀ ਬਹੁਤ ਬਹੁਤ ਮੁਬਾਰਕਾਂ, ਤੁਸੀਂ ਔਖੇ ਸੌਖੇ 2020 ਵੀ ਕ੍ਰੋਸ ਕਰ ਹੀ ਲਿਆ ਹੈ। ਮੈਂ ਤਾਂ ਸਾਲਾਂ ਦਾ ਕਦੇ ਹਿਸਾਬ ਨਹੀਂ ਰੱਖਿਆ, ਜਿੰਨਾ ਜੀਣਾ ਦੱਬ ਕੇ ਜੀਓ। ਦਾਦਾ ਜੀ ਵੈਸੇ 85 ਸਾਲ ਉਮਰ ਵੀ ਘੱਟ ਨਹੀਂ ਹੁੰਦੀ। ਕਿਹੜਾ ਕੰਜਰ ਕਹਿੰਦਾ ਮੇਰੀ ਉਮਰ 85 ਸਾਲ ਹੈ, ਸਾਲ ਕਿਹੜਾ ਚੱਲਦਾ ਹੁਣ, ਸਾਲ 2021। ਹਾਂ ਤੇ 21-22 ਮੇਰੀ ਹੋਣੀ ਆ। ਕੰਜਰ ਦਾ ਭੌਂਕਦਾ ਬਹੁਤ ਹੈ, ਤਾਈਓ ਮੈਨੂੰ 21-22 ਦੇ ਹਿਸਾਬ ਨਾਲ ਕੋਈ ਰਿਸ਼ਤਾ ਨਹੀਂ ਆ ਰਿਹਾ। Thanks for watching. ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਹੈਂ।